ਜੀ ਸਰ ਜੀ ਭਾਈ ਸਾਹਿਬ ਵੇਖੋ ਵੈਟ ਨਾ ਤੁਸੀਂ ਵੈਟ ਦਿਖਾ ਰਹੇ ਹੋ ਜੀ ਮਾਸ਼ਾਅੱਲਾ ਵੈਟ ਦਿਖਾ ਰਹੇ ਹਾਂ ਜੀ ਠੀਕ ਹੋ ਗਿਆ ਜਨਾਬ ਠੀਕ ਹੋ ਗਿਆ ਜੀ ਵੈਟ ਉਹ ਅਸਲ ਜਰਸਾਨ ਸਾਈਵਾਲ ਕ੍ਰਾਸ ਹੈ ਜੀ ਠੀਕ ਹੋ ਗਿਆ ਜਨਾਬ ਤੇ ਮਾਸ਼ਾਅੱਲਾ ਬਹੁਤ ਅੱਛੀ ਹੈ ਜੀ ਜੀ ਮਾਂ ਦੀ ਅੱਛੀ ਆਈ ਆਪ ਅੱਛੀ ਹੈ ਅੱਗੋਂ ਦੋ ਤੇ ਨਸੀਬ ਨਾਲ ਹੈ ਜੀ ਠੀਕ ਹੋ ਗਿਆ ਜਨਾਬ ਜੋ ਇਹਨਾਂ ਨੇ ਪਾਣਾ ਉਹ ਇਹਨਾਂ ਦੇਣਾ ਜੀ ਠੀਕ ਹੋ ਗਿਆ ਐਵੇਂ ਦੇਂਦੀਆਂ ਨਹੀਂ ਦੁੱਖ ਤੇ ਬੱਜਾ ਜੀ ਠੀਕ ਇਤਨੀ ਨਾਲ ਦੀ ਕੈਰ ਕਰੀਏ ਇਤਨੇ ਬੰਦੇ ਰਾਜ਼ੀ ਕਰੇਂਦੀਆਂ ਹਨ ਔਰ ਖੁਸ਼ ਕਰੇਂਦੀਆਂ ਜੀ ਠੀਕ ਹੋ ਗਿਆ ਜੀ ਤੇ ਇਹ ਹੁਣ ਦੂਸਰਾ ਸੂਅਰ ਹੈ ਜੀ ਮੂੰਹ 'ਚ ਛਿੱਗੀ ਵੇ ਜੀ ਠੀਕ ਹੋ ਗਿਆ ਸ਼ੇਰ ਸਾਹਿਬ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਆਈ ਸਾਹਿਬ ਜਨਾਬ ਤੁਸੀਂ ਵੈਟ ਦਿਖਾ ਰਹੇ ਹੋ ਜੀ ਵੈਟ ਦਿਖਾ ਰਹਾ ਮਾਸ਼ਾਅੱਲਾ ਬਹੁਤ ਅੱਛੀ ਵੈਟ ਹੈ ਜੀ ਜੀ ਅਸਲ ਜਰਸਾਨ ਕ੍ਰਾਸ ਸਾਈਵਾਲ ਕ ਵਿੱਚ ਕ੍ਰਾਸ ਹੈ ਜੀ ਠੀਕ ਹੋ ਗਿਆ ਜੀ ਤੇ ਚਲੋ ਮਾਸ਼ਾਅੱਲਾ ਇੰਜੇ ਇੰਜ ਵੇਖੋ ਵਕਦੀ ਹੈ ਕੋਈ ਜਿਹੜਾ ਨਹੀਂ ਜੀ ਜੀ ਬੱਚਾ ਬੈਲ ਆਵੇ ਜੀ ਜੀ ਬੱਚਾ ਬੈਲ ਆਵੇ ਕੋਈ ਇੰਟੈਂਸ਼ਨ ਨਹੀਂ ਜੀ ਠੀਕ ਹੋ ਗਿਆ ਜੀ ਅਜਰ ਮਤਲਬ ਇਹ ਇੱਥੇ ਹੋਰ ਆਉਣਾ ਇੱਥੇ ਜੀ ਜੀ ਜਨਾਬ ਤੇ ਜਨਾਬ ਕਿਚਵਾ ਸੂਆ ਸੁਣਿਆ ਸਰ ਬਹੁਤ ਅੱਛੀ ਇਹ ਸੁਣ ਦੂਸਰਾ ਸੂਆ ਸੁਣਨ ਜੀ ਛਿੱਗੀ ਮੂੰਹ ਚੋ ਜੀ ਮੂੰਹ ਛਿੱਗੀ ਜੀ ਦੂਸਰਾ ਸੂਆ ਹੁਣ ਸੁਣਾ ਜੀ ਮੂੰਹ ਛਿੱਗੀ ਵੇ ਜੀ ਠੀਕ ਹੋ ਗਿਆ ਜਨਾਬ ਤੇ ਅੱਗੋਂ ਆਪਣੇ ਨਸੀਬ ਇਹ ਕਿਤਨੇ ਕੁ ਦਿਨ ਲੈਂਦੀ ਹੈ ਕੰਮ ਸੋ ਕੰਮ ਇਹ 8 ਦਿਨ ਦੇ ਅੰਦਰ ਅੰਦਰ ਸੁਣਦੀ ਵੇ ਅਜ ਤੱਕ ਲੈ ਜਾਂਦੀ 4 ਦਿਨ ਲਵੇ 6 ਦਿਨ ਲਵੇ ਇੱਥੇ ਤਕਰੀਬਨ ਜਿਹੜੇ ਖੁਦਾ ਦੇ ਹੁਕਮ ਦੀ ਗੱਲ ਹੈ ਤੇ ਦੰਦੋ ਕਿਵੇਂ ਮੂੰਹ ਕਿਵੇਂ ਦੰਦੋ ਛਿੱਗੀ ਆਏ ਜਨਾਬ ਜੀ ਠੀਕ ਹੋ ਗਿਆ ਜਨਾਬ ਦੂਸਰਾ ਸੂਆ ਸੁਣਾ ਠੀਕ ਹੋ ਗਿਆ ਜੀ ਤੇ ਕੀਮਤ ਦੀ ਮਾਕੂਲ ਜਿਹੀ ਹੈ ਛੋਟੀ ਜਿਹੀ ਡਿਮਾਂਡ ਛੋਟੀ ਜਿਹੀ ਜੀ ਜੀ ਹੁਣ ਡਿਮਾਂਡ ਮੰਗਣ ਨਾਲ ਗਾਂ ਤੇ 2.5 ਲੱਖ ਰੁਪਏ ਦੀ ਜੀ ਜੀ ਤੇ ਅਸੀਂ 2,25,000 ਰੁਪਏ ਜੀ ਠੀਕ ਹੋ ਗਿਆ ਜਨਾਬ ਸਾਡੀ ਲੋਕੇਸ਼ਨ ਹੈ ਜਨਾਬ ਜ਼ਿਲ੍ਹਾ ਸਰਗੋਧਾ ਸਰਗੋਧੇ ਦਾ ਛੋਟਾ ਜਿਹਾ ਸ਼ਹਿਰ ਹੈ ਜਨਾਬ ਜਾਵਰੀਆਂ ਜਾਵਰੀਆਂ ਦੇ ਨਾਲ ਸਾਡਾ ਗਾਂਵ ਹੈ ਹਯਾਤਪੁਰ ਰਾਬਤਾ ਨੰਬਰ ਹੈ ਜਨਾਬ ਹਾਜੀ ਮੁਹੰਮਦ ਅਸਲਮ ਬੜੈਚ 0341-692-3205 0-3993-6963 ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਡਾ ਮਵੇਸ਼ੀ ਮੰਡੀ ਚੈਨਲ ਜ਼ਰੂਰ ਲਾਇਕ ਕਰਿਆ ਕਰੋ ਹਰ ਵਕਤ ਤੁਹਾਨੂੰ ਅੱਛੇ ਤੋਂ ਅੱਛਾ ਨਵੇਂ ਤੋਂ ਨਵੇਂ ਜਾਨਵਰ ਖਰੀਦਣ ਵਾਸਤੇ ਦੇਖਣ ਵਾਸਤੇ ਮਿਲੇਗਾ ਬਹੁਤ ਸ਼ੁਕਰੀਆ ਅਸਲਾਮ ਅਲੈਕੁਮ ਜੀ ਅੱਲਾ ਪਾ ਖੈਰ ਰੱਖੇ ਛਾਲਾ ਮਾਲ ਹੈ ਸਾਹ ਲਾ ਮਾਲ ਹੈ ਬੰਦਿਆਂ ਦਾ ਹਿਸਾਬ ਹੈ ਛਾਲਾ ਜਿਉਂਦੀਆਂ ਰਹਿਣ ਜਿਹੜਾ ਬੰਦਾ ਵੀ ਲੈ ਸਾਡੇ ਕੋਲੋਂ ਲੈਂਦਾ ਜਿਹੜਾ ਬੰਦਾ ਲੈ ਕੇ ਜਾਂਦਾ ਦੁਆ ਵੀ ਦਿੰਦੇ ਹਾਂ ਹਕੀਕਤ ਅਤੇ ਅੱਲਾ ਅਗਲਾ ਬੰਦਾ ਖੁਸ਼ ਹੈ ਅਤੇ ਅਸੀਂ ਖੁਸ਼ ਹਾਂ ਜੇ ਅਗਲਾ ਬੰਦਾ ਪਰੇਸ਼ਾਨ ਹੈ ਅਤੇ ਅਸੀਂ ਖੁਸ਼ ਨਹੀਂ ਅਸੀਂ ਉਸ ਤੋਂ ਜ਼ਿਆਦਾ ਪਰੇਸ਼ਾਨ ਹਾਂ ਦੁਆ ਦੇ ਦਈਏ ਛਾਲਾ ਜਿਉਂਦੀ ਬਚੀ ਰਹੇ ਅੱਲਾ ਪਾਕ ਨਸੀਬ ਕਰੇ ਨੇ ਚੁੰਘਣੀ ਦੇ ਨੇ ਜ਼ਿੰਦਗੀ ਵਾਲੀ ਹੋਵੇ ਨੇ ਬੱਚਿਆਂ ਵਾਸਤੇ ਹਰ ਕੋਈ ਲੈਂਦਾ ਦੁੱਧ ਵਾਸਤੇ ਲੈਂਦਾ ਅਤੇ ਅੱਲਾ ਪਾਕ ਉਹਨਾਂ ਨੂੰ ਨਸੀਬ ਕਰੇ ਜਿਉਂਦੀਆਂ ਬਚੀਆਂ ਰਹਿਣ ਅੱਛੀਆਂ ਨਿਕਲਣ ਅਤੇ ਸਾਡੇ ਹੀ ਇਸ ਵਿੱਚ ਖੁਸ਼ੀ ਹੈ ਦੁਆ ਕਰੀ ਦੀ ਹੈ ਕਿ ਜਿਹੜਾ ਵੀ ਡੰਗਰ ਜਾਏ ਅੱਲਾ ਕਰੇ ਅੱਛਾ ਨਿਕਲੇ ਮਾੜਾ ਨਾ ਨਿਕਲੇ ਡੰਗਰ ਅਗਰ ਮਾੜਾ ਨਿਕਲਦਾ ਤਾਂ ਅਸੀਂ ਆਪ ਖੁਦ ਪਰੇਸ਼ਾਨ ਹਾਂ ਅਗਲਾ ਪਰੇਸ਼ਾਨ ਹੈ ਅਤੇ ਅਸੀਂ ਪਰੇਸ਼ਾਨ ਹਾਂ ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਡੇ ਵਾਸਤੇ ਵੀ ਦੁਆ ਕਰਿਆ ਕਰੋ ਅੱਲਾ ਪਾਕ ਸਾਡੇ 'ਤੇ ਵੀ ਕਰਮ ਅਤੇ ਫਜ਼ਲ ਕਰੇ ਕਿ ਅੱਛੇ ਤੋਂ ਅੱਛਾ ਡੰਗਰ ਮਿਲੇ ਸਾਨੂੰ ਅੱਛੇ ਤੋਂ ਅੱਛਾ ਡੰਗਰ ਲਿਆਈਏ ਕੋਈ ਐਸਾ ਬੁਰਾ ਬੰਦਾ ਸਾਡੇ ਮੱਥੇ ਨਾ ਲੱਗੇ ਕਿ ਜਿਹੜਾ ਝੂਠ ਬੋਲੇ ਝੂਠ ਬੋਲ ਕੇ ਡੰਗਰ ਦੇ ਅਤੇ ਉਹ ਫਿਰ ਬੰਦਾ ਤਾਂ ਖੁਦ ਖਰਾਬ ਹੋ ਗਿਆ ਬਹੁਤ ਸ਼ੁਕਰੀਆ ਜੀ ਅਸਲਾਮ ਅਲੈਕੁਮ